ਲਓ ਵੀ ਕਹਿੰਦੇ ਮੁੰਡਾ ਸੱਪ ਫੜਨ ਲੱਗਿਆ ਜੀ, ਇੱਥੇ ਹੀ ਵੜਿਆ ਵਾ। ਤੰਗਲੀ ਲੈ ਲਾ ਬਾਈ, ਇੱਥੇ ਫਿਰਦਾ ਸੀਗਾ, ਛੇਤਮੀ ਹੋ ਗਿਆ ਇੱਥੇ ਹੀ ਆ ਬਾਈ। ਨਾ 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 ਮੈਂ ਇੱਥੇ ਬੈਠਾ, ਕੁੰਡਲੀ ਮਾਰ ਕੇ ਬਹਿ ਗਿਆ ਉਹ। ਉਹ ਬੈਠਾ ਮੈਨੂੰ ਉਹ ਤਾਂ 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 ਥੱਲੇ ਥੱਲੇ ਉਹ ਇੱਥੇ ਮਾਰ, ਇੱਧਰ ਮਾਰ, ਇੱਧਰ ਜਾ ਕੇ ਇੱਧਰ ਇੱਧਰ ਲਈ ਸਾਡਾ ਉੱਥੇ ਉੱਥੇ ਦੇਖੀ ਹੋ ਜਾਂਦਾ ਉਹ ਚੱਲਿਆ ਸਰਾਲ ਆ ਹਨਾ। ਤੇਜ਼ ਹੋ ਗਈ ਤੇਜ਼ ਹੋ ਗਈ ਤਕੜਾ ਸੱਪ ਆ ਬਾਈ ਤੁਹਾਡੀ ਫੜ ਲਈ ਫੜ ਲਈ ਫੜ ਲਈ ਦੋਸਤੋ ਸੱਪ ਨੇ ਉਹ ਦੇਖ ਲਓ ਬਾਈ ਨੇ ਫੜ ਲਿਆ ਕਾਮਨ ਕਰੇ ਤਾਂ ਭੈੜਾ ਇਹ ਜ਼ਹਿਰੀਲਾ ਹੁੰਦਾ ਬਾਈ। ਪਹਿਲਾਂ ਵਾਂਗ ਅਸੀਂ ਆਪਾਂ ਫੜ ਕੇ ਇਹਨੇ ਜੰਗਲ 'ਚ ਛੱਡ ਜਾਣਾ। ਓ ਇਹਦਾ ਭੈੜਾ ਸੀ ਬਾਈ, ਮੈਂ ਜਦੋਂ ਮਾਰਿਆ ਨਾ ਇਹਦੇ 'ਤੇ ਗੱਲ ਕਰ ਬਚ ਗਿਆ, ਸੁੱਤਾ ਪਿਆ ਸੀ ਠੰਡ ਕਰਕੇ, ਅਸੀਂ ਰੋਟ ਪਾ ਜਾਣਾ ਸੀ। ਬੜਾ ਕੱਬਾ ਸੱਪ ਆਇਆ ਹੈ ਨਾ, ਇਹ ਬਸ ਗੁੰਝਲੀ ਮਾਰੂ ਮੂੰਹ ਟੱਡਿਆ ਨੇ ਹੈ ਓਏ ਹੋਏ ਹੋਏ ਸੋ ਦੇਖੋ ਕਿੱਡੇ ਉਹ ਮਾਰਦਾ ਨਾ ਦੇਖੋ ਇੱਧਰ ਇੱਧਰ ਆਉਣਾ ਇੱਧਰ ਇੱਧਰ ਘੁੰਮੋ ਆਹ ਦੇਖ ਸਕਦੇ ਹੋ ਦੋਸਤੋ ਇਹ ਇਹ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਆਹ ਦੇਖੋ ਬਾਈ ਭਰਾ ਪੂਰਾ ਤਕੜਾ ਓਏ ਹੋਏ ਹੁਣ ਇਹਨੂੰ ਛੱਡਣ ਲੱਗਿਆ ਇੱਧਰਲੇ ਪਾਸੇ ਜੰਗਲ ਨੇ ਇੱਧਰਲੇ ਪਾਸੇ ਅਸੀਂ ਕੰਮ ਕਰ ਰਹੇ ਸੀਗੇ ਤਾਂ ਕਰਕੇ ਦੋਸਤੋ ਸੱਪ ਬੜਾ ਭੈੜਾ ਸੀ ਬਚ ਗਿਆ ਗੱਲ ਫਕਾਰੇ ਮਾਰ ਉੱਠ ਗਿਆ।
ਗਿਆ ਜੰਗਲ ਵਾਲੇ ਪਾਸੇ ਜੀ। ਦੇਖਣ ਵਾਸਤੇ ਧੰਨਵਾਦ, ਧੰਨਵਾਦ ਜੀ ਵੀਡੀਓ ਦੇਖਣ ਵਾਸਤੇ, ਅਤੇ ਬਾਈ ਦਾ ਵੀ ਧੰਨਵਾਦ ਜਿਹਨੇ ਫੜ ਕੇ ਛੱਡਿਆ, ਨਹੀਂ ਤਾਂ ਅਸੀਂ ਤਾਂ ਇੱਥੇ ਕੰਮ ਕਰਨੇ ਕੰਬੀ ਜਾਣਾ ਸੀਗਾ। ਚੰਗਾ ਬਾਈ ਧੰਨਵਾਦ ਤੇਰਾ।